ਕੋਈ ਚੁਣਾਵ ਨਹੀਂ ਹੋ ਰਿਹਾ, ਕੋਈ ਚੁਣਾਵ ਦੇ ਵਿੱਚ ਸੀਟਾਂ ਵੰਡ ਲਈਆਂ ਗਈਆਂ ਕਾਂਗਰਸ ਪਾਰਟੀ ਨੇ ਔਰ ਆਮ ਆਦਮੀ ਪਾਰਟੀ ਨੇ। ਅਲੱਗ ਉਹਨਾਂ ਨੇ ਹਰ ਪ੍ਰਦੇਸ਼ ਦਾ ਮੁੱਦਾ ਅਲੱਗ ਹੈ, ਹਰ ਦੇਸ਼ ਦਾ ਮੁੱਦਾ ਅਲੱਗ ਹੈ, ਹਰ ਪਿੰਡ ਦਾ ਮੁੱਦਾ ਅਲੱਗ ਹੈ। ਉਹਨਾਂ ਨੇ ਕੋਈ ਚੁਣਾਵ ਇਕੱਠੇ ਨਹੀਂ ਲੜ ਰਹੇ। ਆਈਲੀ ਅੰਡਰਸਟੈਂਡ, ਇੱਕ ਹੋਰ ਦੇਸ਼ ਵਿਰੋਧੀ ਤਾਕਤ ਹੈ ਬਹੁਤ ਵੱਡੀ ਬੀਜੇਪੀ, ਉਹਨੂੰ ਰੋਕਣ ਵਾਸਤੇ ਮੈਂ ਹਾਲਾਂਕਿ ਨੋਬਡੀ ਉਹਦੇ ਚ ਕਮੈਂਟ ਕਰਾਂ। ਉਹਨਾਂ ਨੇ ਇਕੱਠੇ ਹੋ ਕੇ ਕੋਈ ਆਪਦੇ ਕੀ ਇੱਕ ਵਾਰੀ ਪਹਿਲਾਂ ਇਹਨਾਂ ਨਾਲ ਨਿਬੜ ਲਈਏ, ਕੀ ਉਹਨਾਂ ਨੇ ਸੋਚਿਆ ਹੋਏਗਾ ਔਰ ਕੀਤਾ ਹੋਏਗਾ, ਔਰ ਚੰਡੀਗੜ੍ਹ ਕੀ ਕਰਦਾ ਜਾਂ ਨਹੀਂ ਕਰਦਾ, ਉਹਦਾ ਸਾਡੇ ਤੇ ਕੀ ਅਸਰ ਹੈ, ਅਸੀਂ ਦੇਖਣਾ ਪੰਜਾਬ ਵਾਲਿਆਂ ਨੇ ਕੀ ਕਰਨਾ ਜਾਂ ਨਹੀਂ ਕਰਨਾ। ਨਾਲੇ ਉਹਨਾਂ ਨੇ ਕੋਈ ਇਹ ਨਹੀਂ ਨਾ ਵੀ ਅੱਗੇ ਉਹ ਲੜੇ ਜਾਂ ਉਹ ਲੜੇ, ਅਸੀਂ MC ਲੜੇ, ਇਸ ਗੱਲ ਦਾ ਕੋਈ ਸਮਝੌਤਾ ਨਹੀਂ ਹੋਇਆ, ਕਿਉਂਕਿ ਬੀਜੇਪੀ ਜਾਸਤੀ ਕਰ ਰਹੀ ਹੈ, ਧੱਕਾ ਕਰ ਰਹੀ ਹੈ, ਬੰਦੇ ਕਰ ਰਹੇ ਹੈ, ਆਪਦਾ ਮੇਅਰ ਬਣਾਉਣੇ ਚਾਹੁੰਦੇ ਹੈ, ਫਿਗਰ ਕੋਈ ਹੋਰ ਹੈ ਬਣਾਉਣਾ ਉਹ ਮੇਅਰ ਚਾਹੁੰਦੇ ਹੈ। ਕਈ ਵਾਰੀ ਜਦੋਂ ਕਿਸੇ ਵਿਅਕਤੀ ਨਾਲ ਜਾਸਤੀ ਹੁੰਦੀ ਹੈ ਤਾਂ ਫਿਰ ਸਾਰੇ ਉਹਦੇ ਨਾਲ ਖੜ ਜਾਂਦੇ ਹੈ, ਜਿਵੇਂ ਅੱਜ ਖਹਿਰਾ ਸਾਹਿਬ ਦੇ ਨਾਲ ਸਾਰੇ ਖੜ ਗਏ। ਪਰ ਰਾਘਵ ਚੌਧਰੀ ਦਾ ਬਿਆਨ ਆਇਆ ਜੀ ਇੰਡੀਆ ਗਠਜੋੜ ਜਿਹੜਾ ਹੋਇਆ ਚੰਡੀਗੜ੍ਹ ਦੇ ਵਿੱਚ, ਵੀ ਪੂਰੇ ਦੇਸ਼ ਦੇ ਵਿੱਚ ਇਸੇ ਤਰ੍ਹਾਂ ਗਠਬੰਧਨ ਨੂੰ ਸਫਲਤਾ ਮਿਲੇਗੀ। ਯਾਰ ਰਾਘਵ ਚੱਡਾ ਜੀ ਦਾ ਬਿਆਨ ਆਇਆ ਤੇ ਮੈਂ ਹੁਣ ਰਾਘਵ ਚੱਡਾ ਜੀ ਦੇ ਬਿਆਨ ਤੇ ਕੀ ਡਿਪਟੀ ਕਰਾਂ? ਸਰ ਭੁਪਿੰਦਰ ਸਿੰਘ ਉਹਨਾਂ ਨੇ ਚੰਡੀਗੜ੍ਹ ਦੀ ਗੱਲ ਕੀਤੀ ਹੈ ਤਾਂ ਠੀਕ ਹੈ, ਨਹੀਂ ਹੁਣ ਪੂਰਾ ਪੰਜਾਬ ਦੀ ਗੱਲ ਕੀਤੀ। ਕੱਲ ਨੂੰ ਭਗਵੰਤ ਮਾਨ ਜੀ ਨੇ ਇਸ ਬਾਰੇ ਕੀ ਕਿਹਾ ਹੈ ਔਰ ਜਾਂ ਰਾਘਵ ਚੱਡਾ ਜੀ ਨੇ ਕੀ ਕਿਹਾ ਉਹ ਤੁਸੀਂ ਉਹਨਾਂ ਨੂੰ ਤੁਸੀਂ ਪੁੱਛੋ।